ਪੰਨੇ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਅੱਧੀ ਰਾਤ ਨੂੰ ਹੀ ਹੋ ਗਏ ਤੱਤੇ। ਸਿੱਧੂ ਮੂਸੇਵਾਲੇ ਦੇ ਪਿਤਾ ਤੇ ਲੱਖੇ ਸਿਧਾਣੇ ਨੇ ਕਰ ਦਿੱਤਾ ਵੱਡਾ ਐਲਾਨ, ਆਖ ਦਿੱਤੀਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪੰਨਾ ਸਿੱਧੂ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦਾ ਹੈ, ਗੱਲ ਹੋਈ ਸਰਕਾਰਾਂ ਦੀ ਤਾਂ ਸਰਕਾਰਾਂ ਦੇ ਗਲਤ ਕੰਮਾਂ ਖਿਲਾਫ ਆਵਾਜ਼ ਚੁੱਕਣੀ, ਗਲਤ ਨੀਤੀਆਂ ਖਿਲਾਫ ਆਵਾਜ਼ ਚੁੱਕਣੀ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਰਹਿੰਦਾ ਸੀ ਪੰਨਾ ਸਿੱਧੂ, ਜਿਸ ਦੀ ਗ੍ਰਿਫਤਾਰੀ ਜਿਹੜੀ ਹੈ ਬੀਤੇ ਦਿਨੋਂ ਹੋ ਚੁੱਕੀ ਹੈ। ਸੀਆਈਏ ਸਟਾਫ ਦੇ ਵੱਲੋਂ ਪੰਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸਿਰਫ ਇਸ ਗੱਲ ਪਿੱਛੇ ਕਿਉਂਕਿ ਉਹ ਸਰਕਾਰਾਂ ਦੇ ਵਿਰੁੱਧ ਤੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਂਦਾ ਸੀ, ਕਿਉਂਕਿ ਪੰਨਾ ਸਿੱਧੂ ਦੇ ਫਾਲੋਅਰਸ ਬਹੁਤ ਸੀ, ਇਸ ਕਰਕੇ ਲੋਕ ਉਸ ਨੂੰ ਫਾਲੋ ਵੀ ਕਰਦੇ ਸੀ ਕਿਉਂਕਿ ਉਸ ਦੀਆਂ ਗੱਲਾਂ ਦੇ ਤੱਤ ਜਿਹੜੇ ਨੇ ਸਹੀ ਹੁੰਦੇ ਸੀ। ਇੱਥੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਸੀਆਈਏ ਸਟਾਫ ਦੇ ਵੱਲੋਂ ਪੰਨਾ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਯਾਨੀ ਕਿ ਬਲਕੌਰ ਸਿੰਘ ਤੇ ਲੱਖਾ ਸਿਧਾਣਾ ਅੱਧੀ ਰਾਤ ਨੂੰ ਹੀ ਤੱਤੇ ਹੋ ਗਏ। ਅੱਧੀ ਰਾਤ ਨੂੰ ਲਾਈਵ ਹੋ ਕੇ ਉਹਨਾਂ ਨੇ ਲੋਕਾਂ ਨੂੰ ਵੱਡੀਆਂ ਗੱਲਾਂ ਆਖੀਆਂ। ਕੀ ਆਖਿਆ ਆਓ ਦੱਸਦੇ ਹਾਂ। ਦੱਸ ਦਈਏ ਕਿ ਪੰਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਤੇ ਲੱਖੇ ਸਿਧਾਣੇ ਦਾ ਇਹ ਕਹਿਣਾ ਹੈ ਕਿ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਗੱਲ ਕਰੀਏ ਤਾਂ ਪਹਿਲਾਂ ਸਾਡੇ ਸਿੰਗਰ ਨੂੰ ਡਿਬਰੂਗੜ੍ਹ ਅਸਾਮ ਦੇ ਵਿੱਚ ਭੇਜਿਆ ਗਿਆ ਤੇ ਹੁਣ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਣ ਵਾਲਿਆਂ ਦੇ ਜਿਹੜੇ ਨੇ ਅਕਾਊਂਟਸ ਬੰਦ ਕੀਤੇ ਜਾ ਰਹੇ ਨੇ। ਇੱਥੇ ਹੀ ਹੁਣ ਪੰਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲਾ ਹੋਰ ਗਰਮਾ ਗਿਆ ਹੈ, ਕਿਉਂਕਿ ਇੱਥੋਂ ਸਾਫ ਪਤਾ ਲੱਗ ਗਿਆ ਲੋਕਾਂ ਨੂੰ ਕਿ ਸਰਕਾਰਾਂ ਜਿਹੜੀਆਂ ਨੇ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਤਾਂ ਜੋ ਪੰਜਾਬ ਦੇ ਵਿੱਚ ਕੋਈ ਵੀ ਆਵਾਜ਼ ਨਾ ਉਠਾ ਸਕੇ। ਜਿਸ ਤੋਂ ਬਾਅਦ ਲੱਖੇ ਸਿਧਾਣੇ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਇਹੀ ਕਹਿਣਾ ਹੈ ਕਿ ਸਰਕਾਰਾਂ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਅਜਿਹਾ ਜਿਹੜਾ ਹੈ ਨਹੀਂ ਚੱਲੂਗਾ, ਹੁਣ ਸਰਕਾਰਾਂ ਦਾ ਦਬਾਅ ਜਿਹੜਾ ਹੈ ਨਹੀਂ ਚੱਲਣਾ, ਜਿਸ ਕਰਕੇ ਵੱਡਾ ਇਕੱਠ ਕੀਤਾ ਜਾਏ। ਅੱਜ 10 ਵਜੇ ਕੋਟ ਦੁੱਨਾ ਪਿੰਡ ਦੇ ਵਿੱਚ ਸਾਰਿਆਂ ਨੂੰ ਆਉਣ ਦੇ ਲਈ ਕਿਹਾ ਗਿਆ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਟ ਦੁੱਨਾ ਦੇ ਵਿੱਚ ਵੱਡਾ ਇਕੱਠ ਹੋ ਗਿਆ ਤਾਂ ਸਰਕਾਰਾਂ ਨੂੰ ਪਤਾ ਲੱਗ ਜਾਏਗਾ ਕਿ ਹੁਣ ਉਹਨਾਂ ਦਾ ਦਬਾਅ ਜਿਹੜਾ ਨਹੀਂ ਚੱਲੇਗਾ, ਹਰ ਵਾਰ ਨਹੀਂ ਚੱਲੇਗਾ ਉਹਨਾਂ ਦਾ ਦਬਾਅ। ਸੋ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਉਹ ਸਹੀ ਹੈ, ਜਾਂ ਫਿਰ ਤੁਸੀਂ ਵੀ ਪਹੁੰਚ ਰਹੇ ਹੋ ਕੋਟ ਦੁੱਨਾ ਪਿੰਡ ਅੱਜ 10 ਵਜੇ, ਆਪਣੀ ਰਾਏ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ।